ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਬਾਦਲ ਨੇ ਮੋਦੀ ਨੂੰ ਕਹਿ ਕੇ ਪੰਜਾਬ ਲਈ ਜਾਰੀ ਹੋਣ ਵਾਲੇ ਫੰਡ ਵੀ ਰੋਕ ਦਿੱਤੇ ਜਿਸ ਕਾਰਨ ਵਿਕਾਸ ਕਾਰਜ ਠੱਪ ਹੋਏ ਪਏ ਹਨ ਲੋਕ ਸਭਾ ਹਲਕਾ ਕਡੂਰ ਸਾਹਿਬ ਤੋਂ ਉਮੀਦਵਾਰ ਜਸਪੀਰ ਸਿੰਘ ਢਿੰਪਾ ਨੇ ਚੋਣ ਪ੍ਰਚਾਰ ਕਰਨ ਜ਼ੀਰਾ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਸਮੇਂ ਗੁਟਕਾ ਸਾਹਿਬ ਦੀ ਬੇਅਦਬੀ ਲਈ ਬਾਦਲਾਂ ਨੂੰ ਜ਼ਿੰਮੇਵਾਰ ਠ aeration ਦਿਆਂ ਕਾਰਵਾਈ ਕਰਨ ਵਿੱਚ ਅੜਿਚਨ ਪਾਉਣ ਦੀ ਗੱਲ ਵੀ ਕਹੀ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਫਾਜ਼ਿਲਕਾ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਅਸੀਂ ਸਾਰੇ ਇਕਾਂ ਤੇ ਇੱਕ ਦੂਜੇ ਦੇ ਸਾਥ ਸਦਕਾ ਹੀ ਪੰਜਾਬ ਨੂੰ ਅਗਾਹ ਵੱਲ ਨੂੰ ਲੈ ਕੇ ਜਾ ਸਕਦੇ ਹਾਂ ਉਹਨਾਂ ਨੇ ਕਿਹਾ ਇਸੇ ਤਰ੍ਹਾਂ ਸਾਨੂੰ ਆਪਣਾ ਸਾਥ ਦਿੰਦੇ ਰਹੋ ਯਕੀਨਨ ਮਿਸ਼ਨ 13 ਵਿੱਚ ਸ਼ਾਨਦਰਜਿਤ ਹਾਸਲ ਕਰਕੇ ਪੰਜਾਬ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਇਸ ਦੇ ਨਾਲ ਇਹ ਵੀ ਦੱਸਣਾ ਪੈਂਦਾ ਹੈ ਕਿ ਕਾਂਗਰਸ ਪਰ ਬਾਰੀ ਆਸ਼ਾ ਕੁਮਾਰੀ ਨੇ ਪੰਜਾਬ ਮਿਸ਼ਨ 13 ਦੇ ਲਈ ਮਿੰਨਤ ਨਹੀਂ ਹਿੰਮਤ ਪੰਜਾਬ ਕਾਂਗਰਸ ਦਾ ਨਵਾਂ ਚੋਣ ਨਾਰਾ ਨੂੰ ਲੈ ਕੇ ਪੋਸਟਰ ਜਾਰੀ ਕੀਤਾ ਇਸ ਦੌਰਾਨ ਗੈਂਗਸਟਰ ਤੋਂ ਸਿਆਸਤਦਾਨ ਬਣੇ ਮਰਹੂਮ ਜਸਵਿੰਦਰ ਸਿੰਘ ਰੋਕੀ ਦੀ ਪੈਨ ਬੀਬੀ ਰਾਜਦੀਪ ਕੌਰ ਅਤੇ ਉਹਨਾਂ ਦੀ ਮਾਤਾ ਨੇ ਅਕਾਲੀ ਦੰਦ ਅਲਵਿਦਾ ਕਹਿੰਦਿਆਂ ਕਾਂਗਰਸ ਦਾ ਪੱਲਾ ਫੜ ਲਿਆਈ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਦੱਸ ਦਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਬੀ ਰਾਜਦੀਪ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਉਹਨਾਂ ਨੂੰ ਕਰੀਬ 38000 ਵੋਟਾਂ ਹਾਸਲ ਹੋਈਆਂ ਸਨ ਅਤੇ ਉਹਨਾਂ ਨੇ ਅਕਾਲੀ ਪਾਸਪਾ ਘੜ ਜੁਰਦੀ ਸਾਂਝੇ ਉਮੀਦਵਾਰ ਚੌਧਰੀ ਸੁਰਜੀਤ ਕੁਮਾਰ ਜਿਹਾਨੀਆ ਤੇ ਦਵਿੰਦਰ ਸਿੰਘ ਕੁਬਾਇਆ ਨੂੰ ਟੱਕਰ ਦਿੱਤੀ ਸੀ ਖੁਸ਼ੀ ਮੈਨੂੰ ਇਸ ਗੱਲ ਦੀ ਕਿ ਇਹਨਾਂ ਦਾ ਜੰਗ ਅੱਜ ਇੱਕ ਇਹ ਜਿਹਾ ਬੇਈਮਾਨ ਦੇ ਨਾਲ ਹੋ ਰਿਹਾ ਹੈ ਜਿਹਨੂੰ ਥੱਲਾ ਦਿਖਾਉਣਾ ਬਹੁਤ ਜ਼ਰੂਰੀ ਆਹੰਕਾਰੀ ਬੰਦਾ ਹੈ ਔਰ ਉੱਪਰ ਬੈਠਾ ਹੈ ਇਸ ਵੇਲੇ ਇਹ ਮੈਂ ਤੁਹਾਨੂੰ ਦੱਸ ਦੇਣਾ ਹੈ ਇਹ ਜਿਹੜੇ ਬਾਦਲ ਨੇ ਨਾ ਚਾਹੇ ਵੱਡਾ ਹੋਏ ਚਾਹੇ ਹੋਣ ਇਸ ਤੋਂ ਬਾਅਦ ਖੁਸ਼ੀ ਦੀ ਇਹ ਗੱਲ ਮੈਂ ਤੁਹਾਨੂੰ ਦੱਸ ਚੱਲਿਆ ਕਿ ਅੱਜ ਤਾਂ ਮੈਂ ਇਹਦੇ ਵਾਸਤੇ ਆਇਆ ਹਾਂ ਅੱਜ ਰਾਤ ਨੂੰ ਮੈਂ ਜਾ ਰਿਹਾ ਉੱਧਰ ਔਰ ਬੀਬੀ ਵਾਸਤੇ ਉਹ ਪੋਚੋ ਦੇ ਵਿੱਚ ਵੀ ਸਾਡਾ ਅੱਜ ਜਲਸਾ ਹੈ ਬਠਿੰਡੇ ਚ ਤੇ ਇਹ ਜ਼ਰੂਰੀ ਹੈ ਕਿ ਇਹ ਜੇ ਲੋਕ ਜਿਹੜੇ ਪੰਜਾਬ ਨੂੰ ਵਰਤਦੇ ਰਹੇ ਆਪਣੇ ਵਾਸਤੇ ਲੋਕਾਂ ਦੇ ਵਾਸਤੇ ਨਹੀਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਹਕੂਮਤ ਦਿੱਤੀ ਤਾਕਤ ਦਿੱਤੀ ਕਿ ਉਹ ਤਾਕਤ ਪੰਜਾਬ ਦੀ ਬਿਹਤਰੀ ਵਾਸਤੇ ਲਾਉਣ ਲੇਕਿਨ ਵਰਤੀ ਕਿੱਥੇ ਇੱਕ ਇਧਰ ਹੋਟਲ ਬਣਾ ਦਿਓ ਇੱਕ ਉਧਰ ਹੋਟਲ ਬਣਾ ਦਿਓ ਇੱਕ ਇਧਰ ਹੋਟਲ ਬਣਾ ਦਿਓ ਲੁੱਟੀ ਚੱਲੋ ਦੁਨੀਆਂ ਨੂੰ ਆਹ ਤਰੀਕਾ ਨਹੀਂ ਹੁੰਦਾ ਕੁਝ ਔਰ ਅੱਜ ਮੈਨੂੰ ਗਵਾਇਆ ਸਾਹਿਬ ਨਹੀਂ ਦੱਸ ਰਹੇ ਨੇ ਕਿ ਇੱਥੋਂ ਉਹਨਾਂ ਦੇ ਟੈਲੀਫੋਨ ਆ ਕੇ ਧਮਕੀਆਂ ਦਿੰਦੇ ਨੇ ਧਮਕੀ ਦੇਖੇ ਦੇਖ ਕੇ ਦੇਖਣ ਗਵਾਇਆ ਸਾਹਿਬ ਜੀ ਨੂੰ ਇਹ ਧਮਕੀ ਦਿੰਦੇ ਨੇ ਮੈਨੂੰ ਉਹ ਜਰਾ ਬੰਦੇ ਦਾ ਨਾਮ ਦੱਸ ਦਿਓ ਔਰ ਦੱਸ ਦਿਓ ਕਿੱਥੇ ਧਮਕੀ ਆਈ ਹੈ ਇਹ ਬਾਦਲਾਂ ਨੂੰ ਸਿੱਧਾ ਕਰਨਾ ਮੈਨੂੰ ਆਉਂਦਾ ਹੈ